ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਮੈਂ ਹਾਂ ਮੋਹਿਤ ਰੂਬਲ ਪੰਜਾਬ ਮੇਲ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਪੰਜਾਬ ਮੇਲ ਖਬਰਾਂ ਦੇ ਸਪੌਂਸਰ ਨੇ ਰੀਅਲ ਸਟੇਟ ਬ੍ਰੋਕਰ ਮੋਹਨ ਚੀਮਾ ਰੀਅਲ ਸਟੇਟ ਦੀ ਦੁਨੀਆ ਦਾ ਮੰਨਿਆ ਪਰਮੰਨਿਆ ਨਾਮ ਅਤੇ ਹੁਣ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ ਬਾਈਡਨ ਦੁਬਾਰਾ ਸ਼ੁਰੂ ਕਰਨਗੇ ਸਰਕਾਰੀ ਸਿਹਤ ਬੀਮਾ ਯੋਜਨਾ ਅਮਰੀਕਾ 'ਚ ਕੈਪੀਟਲ ਹਿਲ ਹਿੰਸਾ ਮਾਮਲੇ 'ਚ ਤਿੰਨ ਲੋਕਾਂ ਉੱਤੇ ਦੋਸ਼ ਤੈਅ ਬ੍ਰੈਂਪਟਨ ਵਿਖੇ ਭੰਗ ਦੀਆਂ ਦੁਕਾਨਾਂ ਦੀ ਗਿਣਤੀ ਸੀਮਤ ਕਰਨ ਦਾ ਮੋਸ਼ਨ ਹੋਇਆ ਰੱਦ ਵਿਅੰਦਨਾ ਨੂੰ ਕੈਨੇਡਾ ਦੇ ਵੀਜ਼ੇ ਮਿਲਣ 'ਚ ਹੋਈ ਤੇਜ਼ੀ ਸਿੰਘੂ ਬਾਰਡਰ ਉੱਤੇ ਕਿਸਾਨਾਂ ਅਤੇ ਸਥਾਨਕ ਲੋਕਾਂ ਵਿਚਾਲੇ ਪਥਰਾਅ ਪੁਲਿਸ ਨੇ ਲਾਠੀਚਾਰਜ ਕੀਤਾ ਅਥਰੂ ਗੈਸ ਦੇ ਗੋਲੇ ਛੱਡੇ ਐਸਐਚਓ ਹੋਇਆ ਜ਼ਖਮੀ ਦੀਪ ਸਿੱਧੂ ਦਾ ਬਿਆਨ ਸੱਚਾਈ ਸਾਹਮਣੇ ਆਉਣ ਲਈ ਸਮਾਂ ਚਾਹੀਦਾ ਹੈ ਅਤੇ ਫਿਰ ਆਪੇ ਜਾਂਚ ਵਿੱਚ ਸ਼ਾਮਲ ਹੋ ਜਾਵਾਂਗਾ ਪ੍ਰਸ਼ਾਸਨ ਦੀ ਕਾਰਵਾਈ ਤੋਂ ਬਾਅਦ ਭੁੱਖ ਹੜਤਾਲ ਉੱਤੇ ਬੈਠੇ ਸਨ ਰਕੇਸ਼ ਟਕੈਤ ਅਤੇ ਪਾਣੀ ਲੈ ਕੇ ਪੁੱਜੇ ਪਿੰਡ ਵਾਸੀ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਦੀ ਕਰ ਰਹੀ ਹੈ ਕੋਸ਼ਿਸ਼ ਬਿਆਨ ਰੁਲਦੂ ਸਿੰਘ ਅਤੇ ਹੁਣ ਪੇਸ਼ ਨੇ ਖਬਰਾਂ ਵਿਸਤਾਰ ਨਾਲ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਆਪਣਾ ਚੋਣ ਵਾਅਦਾ ਪੂਰਾ ਕਰਦੇ ਹੋਏ ਸਰਕਾਰੀ ਸਿਹਤ ਬੀਮਾ ਯੋਜਨਾ ਦੁਬਾਰਾ ਸ਼ੁਰੂ ਕਰਨ ਵਾਲੇ ਨੇ ਜਿਸ ਨਾਲ ਕੋਰੋਨਾ ਵਾਇਰਸ ਮਹਾਮਾਰੀ ਦੇ ਇਸ ਦੌਰ ਵਿੱਚ ਲੋਕਾਂ ਨੂੰ ਸਿਹਤ ਬੀਮਾ ਦਾ ਕਵਚ ਮਿਲ ਸਕੇਗਾ ਯੋਜਨਾ ਦੀ ਜਾਣਕਾਰੀ ਰੱਖਣ ਵਾਲੇ ਦੋ ਲੋਕਾਂ ਨੇ ਦੱਸਿਆ ਕਿ ਬਾਈਡਨ ਵੀਰਵਾਰ ਨੂੰ ਇਸ ਸੰਬੰਧ ਵਿੱਚ ਇੱਕ ਕਾਰਜਕਾਰੀ ਆਦੇਸ਼ ਉੱਤੇ ਦਸਤਖਤ ਕਰਨਗੇ ਯੋਜਨਾ ਦੇ ਵੱਖ ਵੱਖ ਪਹਿਲੂਆਂ ਨੂੰ ਆਖਰੀ ਰੂਪ ਦਿੱਤਾ ਜਾ ਰਿਹਾ ਕੋਵਿਡ-19 ਮਹਾਮਾਰੀ ਕਾਰਨ ਪੈਦਾ ਆਰਥਿਕ ਸੰਕਟ ਕਾਰਨ ਰੋਜ਼ਗਾਰ ਖੁੱਸ ਜਾਣ ਨਾਲ ਸਿਹਤ ਬੀਮਾ ਦੇ ਦਾਇਰੇ ਤੋਂ ਬਾਹਰ ਰਹਿਣ ਵਾਲੇ ਅਮਰੀਕਾ ਦੀ ਗਿਣਤੀ ਵਧੀ ਹੈ ਪਰ ਟਰੰਪ ਪ੍ਰਸ਼ਾਸਨ ਨੇ ਉਹਨਾਂ ਦੇ ਇਸ ਯੋਜਨਾ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਮੌਕੇ ਦੇਣ ਦੀ ਮੰਗ ਦਾ ਵਿਰੋਧ ਕੀਤਾ ਸੀ ਵਾਈਟ ਹਾਊਸ ਨੇ ਬਾਈਡਨ ਦੇ ਸੰਭਾਵਿਤ ਆਦੇਸ਼ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਪਰ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਦੋ ਵਿਅਕਤੀਆਂ ਨੇ ਦੱਸਿਆ ਕਿ ਯੋਜਨਾ 'ਚ ਰਜਿਸਟ੍ਰੇਸ਼ਨ ਕਰਾਉਣ ਦਾ ਸਮਾਂ ਤਤਕਾਲ ਪ੍ਰਭਾਵ ਨਾਲ ਲਾਗੂ ਨਹੀਂ ਹੋਵੇਗਾ ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਅਮਰੀਕਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਸਭ ਤੋਂ ਵੱਧ ਮੌਤਾਂ ਵੀ ਅਮਰੀਕਾ ਵਿੱਚ ਹੀ ਹੋਈਆਂ ਨੇ ਯੋਜਨਾ ਦੀ ਜਾਣਕਾਰੀ ਰੱਖਣ ਵਾਲੇ ਦੋ ਲੋਕਾਂ ਨੇ ਦੱਸਿਆ ਕਿ ਬਾਈਡਨ ਵੀਰਵਾਰ ਨੂੰ ਇਸ ਸੰਬੰਧ ਵਿੱਚ ਇੱਕ ਕਾਰਜਕਾਰੀ ਆਦੇਸ਼ ਉੱਤੇ ਦਸਤਖਤ ਕਰਨਗੇ ਅਮਰੀਕਾ 'ਚ 6 ਜਨਵਰੀ ਨੂੰ ਕੈਪੀਟਲ ਹਿਲ ਇਮਾਰਤ ਦੀ ਘੇਰਾਬੰਦੀ ਕਰਕੇ ਉਸ ਉੱਤੇ ਹਮਲਾ ਕਰਨ ਦੇ ਮਾਮਲੇ ਵਿੱਚ ਇੱਕ ਸੰਘੀ ਅਦਾਲਤ ਨੇ ਓਥ ਕੀਪਰਸ ਨਾਂ ਦੇ ਸੰਗਠਨ ਨਾਲ ਜੁੜੇ ਹੋਏ 3 ਲੋਕਾਂ ਉੱਤੇ ਦੋਸ਼ ਤੈਅ ਕੀਤੇ ਨੇ ਅਮਰੀਕਾ ਦੇ ਨਿਆਂ ਮੰਤਰਾਲਾ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਬਿਆਨ ਮੁਤਾਬਕ ਕੋਲੰਬੀਆ ਦੀ ਇੱਕ ਸੰਘੀ ਅਦਾਲਤ ਨੇ ਕੈਪੀਟਲ ਹਿਲ ਇਮਾਰਤ ਉੱਤੇ ਹਮਲਾ ਕਰ ਕਾਂਗਰਸ ਦੀ ਕਾਰਵਾਈ ਵਿੱਚ ਰੁਕਾਵਟ ਪਾਉਣ ਸਮੇਤ ਹੋਰ ਹਿੰਸਕ ਗਤੀਵਿਧੀਆਂ ਦੀ ਸਾਜ਼ਿਸ਼ ਰਚਨ ਦੇ ਮਾਮਲੇ 'ਚ ਓਥ ਕੀਪਰਸ ਦੇ 3 ਲੋਕਾਂ ਉੱਤੇ ਦੋਸ਼ ਤੈਅ ਕੀਤੇ ਨੇ ਓਥ ਕੀਪਰਸ ਅਰਧ ਸੈਨਿਕ ਬਲ ਦਾ ਇੱਕ ਸੱਜੇ ਪੱਖੀ ਸੰਗਠਨ ਹੈ ਜਿਸ ਵਿੱਚ ਫੌਜ ਅਤੇ ਐਨਫੋਰਸਮੈਂਟ ਲਾਗੂ ਕਰਨ ਵਾਲੇ ਵਿਭਾਗਾਂ ਤੋਂ ਸੇਵਾ ਮੁਕਤ ਹੋ ਚੁੱਕੇ ਲੋਕਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਕੈਨੇਡਾ ਦੇ ਬ੍ਰੈਂਪਟਨ ਵਿਖੇ ਖੁੰਭਾਂ ਵਾਂਗ ਖੁੱਲ੍ਹਣ ਜਾ ਰਹੀਆਂ ਭੰਗ ਦੀਆਂ ਦੁਕਾਨਾਂ ਦੀ ਗਿਣਤੀ ਨੂੰ ਸੀਮਤ ਕਰਨ ਲਈ ਕੌਂਸਲਰ ਹਰਕੀਰਤ ਸਿੰਘ ਵੱਲੋਂ ਲਿਆਂਦਾ ਗਿਆ ਮੋਸ਼ਨ ਸਿਟੀ ਕੌਂਸਲ ਵਿਖੇ ਸਿਰਫ ਇੱਕ ਵੋਟ ਨਾਲ ਪਾਸ ਹੋਣੋ ਰਹਿ ਗਿਆ ਇਸ ਮੋਸ਼ਨ ਦੇ ਜ਼ਰੀਏ ਸੂਬਾ ਸਰਕਾਰ ਨੂੰ ਬੇਨਤੀ ਕੀਤੀ ਜਾਣੀ ਸੀ ਕਿ ਬ੍ਰੈਂਪਟਨ ਵਿਖੇ ਭੰਗ ਦੀਆਂ ਦੁਕਾਨਾਂ ਦੀ ਗਿਣਤੀ ਸੀਮਤ ਕੀਤੀ ਜਾਵੇ ਦੱਸਣਾ ਬਣਦਾ ਕਿਸ ਸਮੇਂ ਬ੍ਰੈਂਪਟਨ ਵਿਖੇ AGCO ਵੱਲੋਂ 5 ਭੰਗ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਅਤੇ ਹੋਰ 24 ਹੋਰ ਅਰਜ਼ੀਆਂ ਵਿਚਾਰ ਅਧੀਨ ਨੇ ਕੈਨੇਡਾ ਵਿੱਚ ਵਿਹਾਂਦਰਾ ਯਾਨੀ ਕਿ ਪਤੀ ਪਤਨੀ ਦੀ ਸਪੌਂਸਰਸ਼ਿਪ ਦੇ ਕੇਸਾਂ ਦੇ ਨਿਪਟਾਰੇ ਵਿੱਚ ਬੀਤੇ ਸਾਲ ਦੇ ਆਖਰੀ ਮਹੀਨਿਆਂ ਦੌਰਾਨ ਤੇਜ਼ੀ ਆਈ ਸੀ ਜਿਸ ਨਾਲ ਬਹੁਤ ਸਾਰੇ ਜੋੜੇ ਕੈਨੇਡਾ ਵਿੱਚ ਇਕੱਠੇ ਹੋ ਸਕੇ ਹਨ ਅਤੇ ਜੋ ਕੇਸ ਪਾਸ ਹੋ ਚੁੱਕੇ ਨੇ ਉਹਨਾਂ ਦੇ ਵੀਜ਼ੇ ਲਗਾਤਾਰ ਜਾਰੀ ਕੀਤੇ ਜਾ ਰਹੇ ਨੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਡੀਚੀਨੋ ਨੇ ਬੀਤੇ ਸਾਲ ਸਤੰਬਰ ਵਿੱਚ ਕਿਹਾ ਸੀ ਕਿ ਉਹ ਪਰਿਵਾਰਾਂ ਨੂੰ ਇਕੱਠੇ ਕਰਨ ਪ੍ਰਤੀ ਸੰਜੀਦਾ ਹਨ ਅਤੇ ਫੈਮਿਲੀ ਕਲਾਸ ਦੀਆਂ ਅਰਜ਼ੀਆਂ ਦੇ ਨਿਪਟਾਰੇ ਵਾਸਤੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ 66% ਸਟਾਫ ਵਧਾ ਦਿੱਤਾ ਗਿਆ ਸੀ ਵਾਇਰਸ ਦੀ ਤਾਲਾਬੰਦੀ ਕਾਰਨ ਅਰਜ਼ੀਆਂ ਦਾ ਨਿਪਟਾਰਾ ਵੀ ਘੱਟ ਹੋ ਸਕਿਆ ਸੀ ਪਰ ਅਕਤੂਬਰ ਨਵੰਬਰ ਤੇ ਦਸੰਬਰ 2020 ਦੌਰਾਨ ਲਗਭਗ 16,000 ਅਰਜ਼ੀਆਂ ਨਿਪਟਾਈਆਂ ਜਾ ਸਕੀਆਂ ਜਿਨ੍ਹਾਂ ਵਿੱਚੋਂ 14,816 ਮਨਜ਼ੂਰ ਕੀਤੀਆਂ ਗਈਆਂ 837 ਰੱਦ ਹੋਈਆਂ ਅਤੇ 346 ਅਰਜ਼ੀਕਰਤਾਵਾਂ ਵੱਲੋਂ ਵਾਪਸ ਲੈ ਲਈਆਂ ਗਈਆਂ ਇਹਨਾਂ ਵਿੱਚ 75% ਅਰਜ਼ੀਆਂ ਕੈਨੇਡਾ ਤੋਂ ਬਾਹਰ ਰਹਿ ਰਹੇ ਵਿਆਂਦੜਾ ਦੀਆਂ ਸਨ ਇੱਕ ਇਮੀਗ੍ਰੇਸ਼ਨ ਅਧਿਕਾਰੀ ਨੇ ਦੱਸਿਆ ਕਿ ਅਜੇ ਵੀ ਅਪਲਾਈ ਕਰਨ ਤੋਂ ਨਿਪਟਾਰੇ ਤੱਕ 1.5 ਸਾਲ ਦਾ ਸਮਾਂ ਲੱਗ ਸਕਦਾ ਹੈ ਅਮਰੀਕਾ ਦੀ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ ਯਾਨੀ ਕਿ CDC ਸੰਸਥਾ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨਾਈਟਿਡ ਕਿੰਗਡਮ ਵਿੱਚ ਸਭ ਤੋਂ ਪਹਿਲਾਂ ਪਹਿਚਾਨਿਆ ਗਿਆ ਕੋਰੋਨਾ ਵਾਇਰਸ ਦਾ ਇੱਕ ਬਹੁਤ ਹੀ ਜਲਦੀ ਫੈਲਣ ਵਾਲਾ ਵੈਰੀਐਂਟ ਹੁਣ ਦੇਸ਼ ਦੇ 28 ਰਾਜਾਂ ਵਿੱਚ ਘੱਟੋ-ਘੱਟ 315 ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਿਆ CDC ਡਾਟਾਬੇਸ ਅਨੁਸਾਰ ਫਲੋਰੀਡਾ ਅਤੇ ਕੈਲੀਫੋਰਨੀਆ ਵਿੱਚ ਇਸ ਵਾਇਰਸ ਨਾਲ ਪੀੜਿਤ ਮਰੀਜ਼ਾਂ ਦੇ ਲਗਭਗ 92 ਮਾਮਲੇ ਸਾਹਮਣੇ ਆਏ ਨੇ ਜਦਕਿ ਵਾਇਰਸ ਦਾ ਇਹ ਰੂਪ ਹੋਰਾਂ ਰਾਜਾਂ ਦੇ ਨਾਲ ਉੱਤਰੀ ਕੈਰੀਲੋਨਾ ਪੈਨਸਿਲਵੇਨੀਆ ਵਾਸ਼ਿੰਗਟਨ ਟੈਕਸਾਸ ਜੋਰਜੀਆ ਅਤੇ ਲੁਸਿਆਨਾ ਵਿੱਚ ਵੀ ਪਾਇਆ ਗਿਆ ਹੈ ਇਸ ਸੰਬੰਧੀ ਡਾਕਟਰ ਰੋਸ਼ੇਲ ਵਾਲ ਸਿੰਘੀ ਨੇ ਦੱਸਿਆ ਕਿ ਇਹ ਵਾਇਰਸ ਜੋ ਕਿ B.1.1.7 ਵਜੋਂ ਜਾਣਿਆ ਜਾਂਦਾ ਹੈ ਜ਼ਿਆਦਾ
ਪਰਿਵਰਤਨਸ਼ੀਲ ਹੈ ਅਤੇ ਇਸ ਨਾਲ ਕੇਸਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਇਸ ਦੇ ਇਲਾਵਾ ਵਾਲਸਿੰਕੀ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਬ੍ਰਾਜ਼ੀਲ ਵਿੱਚ ਪਹਿਲਾਂ ਪਹਿਚਾਨਿਆ ਗਿਆ ਵਾਇਰਸ ਦਾ ਇੱਕ ਹੋਰ ਰੂਪ ਜਿਸ ਨੂੰ P1 ਕਿਹਾ ਜਾਂਦਾ ਹੈ ਉਹ ਵੀ ਮਿਨੇਸੋਟਾ ਦੇ ਇੱਕ ਵਿਅਕਤੀ ਵਿੱਚ ਪਾਇਆ ਗਿਆ। CDC ਅਨੁਸਾਰ ਵਾਇਰਸ ਦੇ ਇਹਨਾਂ ਜਲਦੀ ਫੈਲਣ ਵਾਲੇ ਰੂਪਾਂ ਤੋਂ ਸੁਰੱਖਿਅਤ ਰਹਿਣ ਲਈ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ। ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨਾਲ ਅਸਹਿਮਤੀ ਰੱਖਣ ਵਾਲੇ ਪੱਛਮੀ ਵਰਜੀਨੀਆ ਦੇ ਇੱਕ ਵਿਅਕਤੀ ਨੂੰ ਕੈਪੀਟਲ ਬਿਲਡਿੰਗ ਕੋਲ ਸ਼ੱਕੀ ਸਥਿਤੀ ਵਿੱਚ ਹਿਰਾਸਤ ਵਿੱਚ ਲਿਆ ਗਿਆ। ਇਹ ਵਿਅਕਤੀ ਕੈਪੀਟਲ ਬਿਲਡਿੰਗ ਕੋਲ ਘੁੰਮ ਰਿਹਾ ਸੀ ਤੇ ਉਸਦੀ ਕਾਰ ਵਿੱਚੋਂ ਪਿਸਤੌਲ ਤੇ ਗੋਲਾ ਬਾਰੂਦ ਬਰਾਮਦ ਹੋਏ ਨੇ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਖਣੀ ਚਾਰਸਟਲ ਦੇ ਡੈਨਿਸ ਵਾਰਨ ਵੈਸਟੋਵਰ ਨੂੰ ਬੁੱਧਵਾਰ ਨੂੰ ਹਿਰਾਸਤ ਵਿੱਚ ਲੈ ਗਿਆ। ਉਸ ਉੱਤੇ ਬਿਨਾਂ ਲਾਇਸੈਂਸ ਦੇ ਪਿਸਤੌਲ ਰੱਖਣ, ਗੋਲਾ ਬਾਰੂਦ ਰੱਖਣ ਅਤੇ ਗੈਰ ਕਾਨੂੰਨੀ ਰੂਪ ਨਾਲ ਹਥਿਆਰ ਰੱਖਣ ਦੇ ਦੋਸ਼ ਨੇ। ਅਮਰੀਕੀ ਕੈਪੀਟਲ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਵਾਸ਼ਿੰਗਟਨ DC ਵਿੱਚ ਇੱਕ ਚੁਰਾਹੇ ਉੱਤੇ ਕਾਰ ਖੜੀ ਦੇਖੀ, ਜਦਕਿ ਕਾਰ ਦਾ ਡਰਾਈਵਰ ਕੋਲ ਹੀ ਅਮਰੀਕੀ ਵੈਟਰਨਸ ਡਿਸੇਬਲਡ ਫੋਰ ਲਾਈਫ ਮੈਮੋਰੀਅਲ ਕੋਲ ਸੜਕ ਉੱਤੇ ਘੁੰਮ ਰਿਹਾ ਸੀ। ਸ਼ੱਕ ਦੇ ਆਧਾਰ ਉੱਤੇ ਜਾਂਚ ਕੀਤੀ ਗਈ ਤੇ ਵਿਅਕਤੀ ਨੂੰ ਅਸਲੇ ਸਣੇ ਹਿਰਾਸਤ ਵਿੱਚ ਲਿਆ ਗਿਆ। ਅੱਜ ਸਿੰਘੂ ਬਾਰਡਰ ਉੱਤੇ ਸਥਾਨਕ ਲੋਕਾਂ ਅਤੇ ਕਿਸਾਨਾਂ ਵਿਚਾਲੇ ਪਥਰਾਅ ਹੋ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਨੇ ਨੀਂਹ ਫੌਜੀ ਬਲ ਮੌਜੂਦ ਹੋਣ ਦੇ ਬਾਵਜੂਦ ਅਜਿਹਾ ਹੋਇਆ। ਲੋਕਾਂ ਨੂੰ ਖਦੇੜਨ ਲਈ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਅਥਰੂ ਗੈਸ ਦੇ ਗੋਲੇ ਛੱਡੇ। ਮੀਡੀਆ ਰਿਪੋਰਟਾਂ ਮੁਤਾਬਕ ਪਹਿਲਾਂ ਪੁਲਿਸ ਤਮਾਸ਼ਬੀਨ ਬਣੀ ਰਹੀ ਤੇ ਬਾਅਦ ਵਿੱਚ ਮੁਸ਼ਕਲ ਨਾਲ ਹਾਲਾਤ ਸੰਭਾਲੇ। ਸਥਾਨਕ ਲੋਕਾਂ ਨੇ ਕਿਸਾਨਾਂ ਵੱਲੋਂ ਲਗਾਏ ਟੈਂਟ ਪੁੱਟ ਦਿੱਤੇ ਤੇ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਤੋੜ ਦਿੱਤੀਆਂ। ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਗਣਤੰਤਰ ਦਿਵਸ ਉੱਤੇ ਟਰੈਕਟਰ ਪਰੇਡ ਦੌਰਾਨ ਰਾਸ਼ਟਰੀ ਝੰਡੇ ਦਾ ਅਪਮਾਨ ਕਰਕੇ ਕਿਸਾਨ ਸਿੰਘੂ ਬਾਰਡਰ ਛੱਡ ਦੇਣ। ਲਾਠੀਆਂ ਨਾਲ ਲੈਸ ਤੇ ਪੱਥਰਾਂ ਨਾਲ ਲੈਸ ਸਥਾਨਕ 35-40 ਲੋਕਾਂ ਦੇ ਸਮੂਹ ਨੇ ਨਾਅਰੇਬਾਜ਼ੀ ਕੀਤੀ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕੈਂਪ ਉੱਪਰ ਹਮਲਾ ਕਰ ਦਿੱਤਾ। ਉਹਨਾਂ ਨੇ ਟੈਂਟ ਵੀ ਪੁੱਟੇ। ਦਿੱਲੀ ਵਿੱਚ ਲਾਲ ਕਿਲ੍ਹੇ ਉੱਤੇ ਧਾਰਮਿਕ ਝੰਡੇ ਲਹਿਰਾਉਣ ਦੇ ਮੁਲਜ਼ਮ ਦੀਪ ਸਿੱਧੂ ਨੇ ਕਿਹਾ ਕਿ ਸੱਚਾਈ ਸਾਹਮਣੇ ਲਿਆਉਣ ਲਈ ਉਸਨੂੰ ਕੁਝ ਸਮਾਂ ਚਾਹੀਦਾ ਅਤੇ ਇਸ ਤੋਂ ਬਾਅਦ ਉਹ ਜਾਂਚ ਵਿੱਚ ਖੁਦ ਸ਼ਾਮਲ ਹੋ ਜਾਵੇਗਾ। ਉਸਨੇ ਪੁਲਿਸ ਤੇ ਏਜੰਸੀਆਂ ਨੂੰ ਕਿਹਾ ਕਿ ਉਹ 2 ਦਿਨਾਂ ਵਿੱਚ ਉਹਨਾਂ ਸਾਹਮਣੇ ਪੇਸ਼ ਹੋ ਜਾਵੇਗਾ। ਸਿੱਧੂ ਖਿਲਾਫ ਧਾਰਮਿਕ ਝੰਡਾ ਲਹਿਰਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ। ਉਸਨੇ ਫੇਸਬੁੱਕ ਉੱਤੇ ਵੀਡੀਓ ਪੋਸਟ ਕਰਦਿਆਂ ਕਿਹਾ ਕਿ ਮੇਰੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਅਤੇ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਗਿਆ। ਸਭ ਤੋਂ ਪਹਿਲਾਂ ਮੈਂ ਸੁਨੇਹਾ ਭੇਜਣਾ ਚਾਹੁੰਦਾ ਹਾਂ ਕਿ ਮੈਂ ਜਾਂਚ ਵਿੱਚ ਸ਼ਾਮਲ ਹੋਵਾਂਗਾ। ਸਿੱਧੂ ਨੇ ਕਿਹਾ ਕਿ ਸੱਚਾਈ ਸਾਹਮਣੇ ਲਿਆਉਣ ਲਈ ਉਹਨਾਂ ਨੂੰ ਕੁਝ ਸਮਾਂ ਚਾਹੀਦਾ ਹੈ ਕਿਉਂਕਿ ਗਲਤ ਜਾਣਕਾਰੀ ਫੈਲਾਈ ਗਈ ਹੈ ਅਤੇ ਇਹ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ। ਇਸ ਲਈ ਸੱਚਾਈ ਸਾਹਮਣੇ ਲਿਆਉਣ ਲਈ ਮੈਨੂੰ ਕੁਝ ਸਮਾਂ ਚਾਹੀਦਾ ਅਤੇ ਇਸ ਤੋਂ ਬਾਅਦ ਮੈਂ ਜਾਂਚ ਵਿੱਚ ਸ਼ਾਮਲ ਹੋ ਜਾਵਾਂਗਾ। ਗਾਜ਼ੀਆਬਾਦ ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਵੀਰਵਾਰ ਨੂੰ ਅੱਧੀ ਰਾਤ ਤੱਕ UP ਗੇਟ ਖਾਲੀ ਕਰਨ ਦਾ ਅਲਟੀਮੇਟਮ ਦਿੱਤਾ। ਉੱਥੇ ਹੀ ਕਿਸਾਨ ਆਗੂ ਰਾਕੇਸ਼ ਟਿਕੈਤ ਆਪਣੀ ਮੰਗ ਉੱਤੇ ਅੜੇ ਰਹੇ ਅਤੇ ਕਿਹਾ ਕਿ ਉਹ ਖੁਦਕੁਸ਼ੀ ਕਰ ਲੈਣਗੇ ਪਰ ਅੰਦੋਲਨ ਖਤਮ ਨਹੀਂ ਕਰਨਗੇ। ਉੱਥੇ ਹੀ ਬੀਤੇ ਦਿਨੀ ਹੋਏ ਹੰਗਾਮੇ ਤੋਂ ਬਾਅਦ ਰਾਕੇਸ਼ ਟਿਕੈਤ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਭੁੱਖ ਹੜਤਾਲ ਦੀ ਸ਼ੁਰੂਆਤ ਕਰ ਰਹੇ ਨੇ ਅਤੇ ਜਦੋਂ ਤੱਕ ਉਹਨਾਂ ਦੇ ਪਿੰਡ 'ਚੋਂ ਪਾਣੀ ਨਹੀਂ ਆਏਗਾ ਉਹ ਪਾਣੀ ਨਹੀਂ ਪੀਣਗੇ। ਜਿਸ ਤੋਂ ਬਾਅਦ ਰਾਕੇਸ਼ ਟਿਕੈਤ ਲਈ ਉਹਨਾਂ ਦੇ ਪਿੰਡ 'ਚੋਂ ਪਾਣੀ ਲਿਜਾਇਆ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਪੂਰੇ ਗਾਜ਼ੀਆਬਾਦ ਨੂੰ ਵੀ ਪਾਣੀ ਨਾਲ ਭਰ ਦੇਵਾਂਗੇ। ਗਾਜ਼ੀਪੁਰ ਸਰਹੱਦ ਉੱਤੇ ਵੀਰਵਾਰ ਦੇ ਰਾਤ ਨੂੰ ਸਥਿਤੀ ਤਣਾਅਪੂਰਨ ਹੋ ਗਈ ਸੀ। ਗਾਜ਼ੀਆਬਾਦ ਪ੍ਰਸ਼ਾਸਨ ਦੁਆਰਾ ਇਲਾਕੇ ਵਿੱਚ ਅਤੇ ਉਸਦੇ ਆਲੇ ਦੁਆਲੇ ਕਰਫਿਊ ਲਾਗੂ ਕੀਤੇ ਜਾਣ ਤੋਂ ਬਾਅਦ ਦੰਗਿਆਂ ਨੂੰ ਰੋਕਣ ਲਈ ਸੈਂਕੜੋ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਸੀ। ਕਿਸਾਨ ਨੇਤਾਵਾਂ ਨੇ ਪ੍ਰਸ਼ਾਸਨ ਉੱਤੇ ਜ਼ਰੂਰੀ ਨਾਗਰਿਕ ਸੁਵਿਧਾਵਾਂ ਰੋਕਣ ਅਤੇ ਬਿਜਲੀ ਦੇ ਪਾਣੀ ਦੀ ਸਪਲਾਈ ਬੰਦ ਕਰਨ ਦਾ ਦੋਸ਼ ਲਗਾਇਆ। ਜ਼ਿਕਰਯੋਗ ਹੈ ਕਿ ਪਿਛਲੇ 2 ਮਹੀਨਿਆਂ ਤੋਂ ਜ਼ਿਆਦਾ ਦੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ। ਕਿਸਾਨਾਂ ਨੇ ਵੀਰਵਾਰ ਨੂੰ ਇਕਜੁੱਟਤਾ ਦਿਖਾਉਣ ਲਈ ਸਿੰਘੂ ਸਰਹੱਦ ਤੋਂ 16 ਕਿਲੋਮੀਟਰ ਲੰਬੀ ਤਿਰੰਗਾ ਰੈਲੀ ਕੱਢੀ ਸੀ। ਨਵੇਂ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ ਉੱਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ 2 ਮਹੀਨਿਆਂ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ। 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨਾਂ ਵੱਲੋਂ ਕੱਢੀ ਰੈਲੀ ਦੌਰਾਨ ਕਈ ਥਾਵਾਂ ਉੱਤੇ ਹਿੰਸਕ ਘਟਨਾਵਾਂ ਵਾਪਰੀਆਂ, ਜਿਸ ਦੇ ਨਾਲ ਕਿਸਾਨੀ ਅੰਦੋਲਨ ਉੱਤੇ ਸਵਾਲ ਵੀ ਉੱਠ ਰਹੇ ਨੇ। ਇਸ ਦਰਮਿਆਨ ਕਿਸਾਨ ਏਕਤਾ ਮੋਰਚਾ ਵੱਲੋਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਪੰਜਾਬ ਤੋਂ ਲੈ ਕੇ ਕਿਸਾਨੀ ਅੰਦੋਲਨ ਲਗਭਗ 5ਵੇਂ ਮਹੀਨੇ 'ਚ ਪਹੁੰਚ ਗਿਆ। 2 ਮਹੀਨੇ ਪੰਜਾਬ ਅਤੇ ਲਗਭਗ 2-2.5 ਮਹੀਨੇ ਦਿੱਲੀ 'ਚ ਕਿਸਾਨੀ ਅੰਦੋਲਨ ਚੱਲ ਰਿਹਾ। 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਲੈ ਕੇ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਸਰਕਾਰ ਟਰੈਕਟਰ ਪਰੇਡ ਤੋਂ ਸ਼ੁਰੂ ਤੋਂ ਹੀ ਖਿਲਾਫ਼ ਸੀ। ਉਹਨਾਂ ਨੇ ਕਿਹਾ ਕਿ ਸਰਕਾਰ ਨੇ ਭਾਵੇਂ ਹੀ ਟਰੈਕਟਰ ਪਰੇਡ ਦੀ ਕਿਸਾਨਾਂ ਨੂੰ ਮਨਜ਼ੂਰੀ ਦੇ ਦਿੱਤੀ ਸੀ, ਪਰ ਕੁਝ ਤਾਕਤਾਂ ਨਾਲ ਮਿਲ ਕੇ ਸਰਕਾਰ ਕਿਸਾਨਾਂ ਦੇ ਅਕਸ ਨੂੰ ਖਰਾਬ ਕਰਨਾ ਚਾਹੁੰਦੀ ਸੀ। ਰੁਲਦੂ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਕੁਝ ਤਾਕਤਾਂ ਨਾਲ ਮਿਲ ਕੇ ਕਿਸਾਨੀ ਅੰਦੋਲਨ ਨੂੰ ਬਦਨਾਮ ਕੀਤਾ। ਕਿਸਾਨਾਂ ਦੀਆਂ 40 ਜਥੇਬੰਦੀਆਂ ਨੇ ਟਰੈਕਟਰ ਪਰੇਡ ਉੱਥੇ ਹੀ ਕੱਢੀ ਜੋ ਰਸਤਾ ਦਿੱਲੀ ਪੁਲਿਸ ਵੱਲੋਂ ਤੈਅ ਕੀਤਾ ਗਿਆ ਸੀ। ਹਿੰਸਾ ਸਿਰਫ ਉੱਥੇ ਭੜਕੀ ਜਿੱਥੇ ਕੁਝ ਸ਼ਰਾਰਤੀ ਅਨਸਰਾਂ ਨੇ ਅੰਦੋਲਨ ਨੂੰ ਭਟਕਾ ਕੇ ਗਲਤ ਰਸਤੇ ਉੱਤੇ ਪਾਇਆ। ਰੁਲਦੂ ਸਿੰਘ ਨੇ ਕਿਹਾ ਕਿ ਜਦੋਂ ਤੋਂ ਅੰਦੋਲਨ ਸ਼ੁਰੂ ਹੋਇਆ ਹੈ ਅਸੀਂ ਕਦੇ ਨਹੀਂ ਕਿਹਾ ਕਿ ਅਸੀਂ ਲਾਲ ਕਿਲ੍ਹੇ ਉੱਤੇ ਝੰਡਾ ਚੜ੍ਹਾਉਣਾ। ਲਾਲ ਕਿਲ੍ਹੇ ਉੱਤੇ ਕਿਸੇ ਧਰਮ ਦਾ ਝੰਡਾ ਨਹੀਂ, ਸਿਰਫ ਕੌਮੀ ਝੰਡਾ ਹੀ ਚੜ੍ਹਨਾ ਚਾਹੀਦਾ। ਇਹ ਸਭ ਸਰਕਾਰ ਦੀ ਮਿਲੀ ਭਗਤ ਨਾਲ ਹੋਇਆ। ਉਹਨਾਂ ਅੱਗੇ ਕਿਹਾ ਕਿ 26 ਜਨਵਰੀ ਦੀ ਟਰੈਕਟਰ ਪਰੇਡ 'ਚ ਭੜਕੀ ਹਿੰਸਾ ਦੌਰਾਨ ਘੱਟੋ ਘੱਟ 50 ਟਰੈਕਟਰਾਂ ਦਾ ਅਜੇ ਤੱਕ ਪਤਾ ਨਹੀਂ ਲੱਗਾ। ਇੰਨਾ ਹੀ ਨਹੀਂ, 200 ਤੋਂ 250 ਨੌਜਵਾਨ ਅਜੇ ਤੱਕ ਗਾਇਬ ਹਨ ਅਤੇ ਉਹਨਾਂ ਦਾ ਵੀ ਕੋਈ ਪਤਾ
तीन केंद्रीय खेती कानूनों नूं रद्द कराने लई सिंघू बार्डर उत्ते शुक्रवार नूं किसानां दा विरोध प्रदर्शन 65वें दिन विच प्रवेश कर गया। सिंघू बार्डर ते टिकरी बार्डर दे नाल यूपी गेट उत्ते भी शुक्रवार नूं किसानां दा विरोध प्रदर्शन जारी रहा। उत्थे ही दुपहरों बाद किसानां दी गिणती गाजीपुर बॉर्डर उत्ते वधन लगी है। अजिहे विच NH9 ते दिल्ली मेरठ एक्सप्रैस उत्ते किसान अंदोलन कारण दिल्ली वल्लों सारियां लेन बंद कर दित्तियां गईयां ने। दस्या जा रहा है कि शाम हुंदे हुंदे यूपी गेट उत्ते किसानां दी गिणती विच इजाफा हो सकता है। दिल्ली नाल लगदे नोएडा च भारतीय किसान यूनियन लोक शक्ति ने नरेश टिकेट नूं अपना नैतिक समर्थन दिता है। नाल ही कहा कि किसान अंदोलन लई अगले हुक्म का इंतजार करो। भारतीय किसान यूनियन लोक शक्ति दे अहुदेदारां दा कहना है कि उन्होंने चिल्ला बार्डर उत्ते सिर्फ धरना खत्म किया, अंदोलन तो वक्ख नहीं होए। कदी भी संगठन वालों नवा हुक्म जारी हो सकता है। धरती के सब तो अमीर अरबपति टैसला कंपनी के मालिक एलन मस्क की एक भारतीय विद्यार्थी नाल भारी विवाद चल रहा है। एलन मस्क उत्ते भारतीय विद्यार्थी रणदीप होती वालों मानहानि का मुकदमा दर्ज किया गया है। टैसला के मालिक नूं पहले गेड़ विच भारी हार का सामना करना पड़ा। रणदीप होती अमरीका के मिशीगन यूनिवर्सिटी विच ग्रैजुएट विद्यार्थी है। रणदीप होती की सुनवाई वेले कैलिफोर्निया के एक जज ने मस्क की अपील को खारिज कर दिया और कहा कि उसका केस बेबुनियाद सी और अरबपति उद्यमी की व्यक्ति को आजादी को चुप कराने की कोशिश मनिया गया। रणदीप होती ट्विटर उत्ते मकसबू शका के नाँ हेठ एक्टिव है। रणदीप 2 साल पहला 2 घटनावां तो बाद एलन मस्क नज़रों में आए सन। रणदीप ने दोवां मामलों में दावा किया कि उसने कोई नुकसान नहीं पहुँचाया गया। फरवरी 2019 में पहली बार रणदीप होती की सुरक्षा कर्मचारियों नाल लड़ाई हुई। रणदीप कैलिफोर्निया में टैसला के एक विक्री केंद्र गया होया सी। दूजी घटना अप्रैल 2019 में वापरी। होती ने कहा कि वह कार चला रहा सी, इस दौरान उसने टैसला के एक टेस्ट कार वेखी और उसकी तस्वीर नूं ऑनलाइन पोस्ट की। मस्क ने होती बारे एक ऑनलाइन संपादक नूं मेल किया। यह कहिंदे आ कि वह झूठा सी और टैसला के विक्री केंद्र तो दौड़दियां साडे कर्मचारियों नूं लगभग मार दिता। होती ने दावा किया कि मस्क ने उसके खिलाफ एक ऑनलाइन नफरत की मुहिम चलाई सी अते उसनू अगस्त विच उसके खिलाफ अलमेडा काउंटी सुपीरियर कोर्ट विच शिकायत दर्ज करवाई सी। मस्क ने दलील दिती है कि उन्हां दी प्रगटावे की आज़ादी नाल जुड़िया मुद्दा सी अते इसलिए होती का केस दर्ज किया जाना चाहिए। एलन मस्क ने कहा कि होती यह साबित नहीं कर सकिया कि उसके बयान गलत सन या गलतफहमी तो प्रेरित सन। जज ने मस्क की अपील को खारिज कर दिता है। ब्लूमबर्ग रिपोर्ट की एलन मस्क इस समय धरती का सब तो अमीर आदमी है और उस को 199 अरब डॉलर की जायदाद है। संयुक्त राष्ट्र के जनरल सकत्र एंटोनियो गुतरस ने कोविड-19 टीके की पहली खुराक लगवाई। इस ही उन्होंने लोगों को जिनी जल्दी हो सके करोना टीका लगाने की अपील की है। गुतरस ने इस गल उत्ते जोर दिता कि सारे देशों को यह यकीनी करना चाहिए कि टीका हर जगह सारे लिए उपलब्ध होवे। गुतरस ने वीरवार को न्यूयॉर्क सिटी पब्लिक स्कूल में मोडरना टीके की पहली खुराक लगवाई है। गुतरस जदों टीका लगवा रहे सन उदों उन्होंने अपनी उंगलों नाल जित दा निशान बनाया। उन्होंने कहा कि मैं सारे नूं अपील करदा हां कि वह मौजूदा मौकियां दा लाभ चुकन अते जल्दी तो जल्दी टीका लगवाउण। गुतरस ने ट्वीट किया कि मैं अज कोविड-19 की पहली खुराक मिलन कारण खुशकिस्मत अते धन्नवादी हाँ। सानू यह यकीनी करन लई काम करना चाहिए है कि टीका हर जगह सारियां लई उपलब्ध होवे। जदों तक सारे सुरक्षित नहीं हो जाते उदों तक इस महामारी तो साडे विच कोई सुरक्षित नहीं है। यह सन अज दी खास खबरां। देश विदेश दीआं होर खबरां लई तुसीं देखदे रहो पंजाब मेल USA TV। धन्नवाद।